ਸਾਡੀ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਲੈਟਰ Y ਦੀਆਂ ਆਵਾਜ਼ਾਂ ਬਾਰੇ ਹੁਣ ਲੈਟਰ Y ਬਾਰੇ ਮੈਂ ਪਹਿਲਾਂ ਵੀ ਇੱਕ ਵੀਡੀਓ ਬਣਾ ਚੁੱਕਿਆ ਜੀ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਲੈਟਰ Y ਜਿਹੜਾ ਹੈਗਾ ਏ ਉਹ ਕੌਨਸੋਨੈਂਟ ਵੀ ਹੋ ਸਕਦਾ ਏ ਉਹ ਵਾਊਲ ਵੀ ਹੋ ਸਕਦਾ ਏ ਵਾਊਲ ਮਤਲਬ ਵੋਵਲ ਵੋਵਲ ਦੀ ਸਹੀ ਪ੍ਰੋਨੰਸੀਏਸ਼ਨ ਜਿਹੜੀ ਹੁੰਦੀ ਆ ਉਹ ਵਾਊਲ ਹੁੰਦੀ ਆ ਪਰ ਵੋਵਲ ਵੀ ਤੁਸੀਂ ਕਹਿ ਸਕਦੇ ਆ ਕੋਈ ਏਡੀ ਦਿੱਕਤ ਨਹੀਂ ਹੈਗੀ ਹੁਣ ਐਸੇ ਕੌਨਸੋਨੈਂਟ Y ਦੀ ਇੱਕ ਤਰ੍ਹਾਂ ਦੀ ਆਵਾਜ਼ ਆਉਂਦੀ ਆ ਯਈਏ ਦੀ ਆਵਾਜ਼ ਤੇ ਐਸੇ ਵਾਹੂਲ ਜਿਹੜੀ ਵਾਈ ਦੀ ਆਵਾਜ਼ ਆਉਂਦੀ ਹੈ ਚਾਰ ਤਰ੍ਹਾਂ ਦੀਆਂ ਆਵਾਜ਼ਾਂ ਆਉਂਦੀਆਂ ਨੇ ਇਹਨਾਂ ਸਾਰਿਆਂ ਬਾਰੇ ਮੈਂ ਇੱਕ ਇੱਕ ਕਰਕੇ ਤੁਹਾਨੂੰ ਦੱਸਦਾ ਕੱਲੇ-ਕੱਲੇ ਰੂਲ ਸਾਰਿਆਂ ਦੇ ਹਰ ਜਦੋਂ ਤਾਂ ਕਿਸੇ ਵਰਡ ਦੀ ਸਟਾਰਟਿੰਗ ਵਿੱਚ ਹੀ ਵਾਈ ਲੈਟਰ ਲਿਖਿਆ ਜਾਵੇ ਕੋਈ ਵਰਡ ਹੈਗਾ ਏ ਉਹਦੀ ਸਟਾਰਟਿੰਗ ਵਿੱਚ ਹੀ ਵਾਈ ਲੈਟਰ ਲਿਖਿਆ ਗਿਆ ਏ ਤਾਂ ਆਪਾਂ ਯਈਆ ਬੋਲਾਂਗੇ ਯਈਆ ਆਪਾਂ ਕਦੋਂ ਬੋਲਣਾ ਹੈ ਕੋਈ ਵਰਡ ਹੈ ਉਹਦੀ ਸਟਾਰਟਿੰਗ ਵਿੱਚ ਵਾਈ ਲੈਟਰ ਲਿਖਿਆ ਗਿਆ ਜਿਵੇਂ ਯੂ ਯੈਸ ਯੋਟ ਯਮੀ ਇਹ ਜਿਹੜੇ ਸਾਰੇ ਐਗਜ਼ਾਮਪਲਸ ਨੇ ਇਹਨਾਂ ਵਿੱਚ ਕੀ ਹੈ ਵਾਈ ਪਹਿਲਾਂ ਲਿਖਿਆ ਇਹ ਤਾਂ ਯਈ ਦੀ ਆਵਾਜ਼ ਆ ਰਹੀ ਹੈ ਇੱਕ ਹੋਰ ਥਾਂ ਉੱਤੇ ਯਈ ਦੀ ਆਵਾਜ਼ ਆ ਸਕਦੀ ਹੈ ਹੁਣ ਇਹ ਰੂਲ ਥੋੜਾ ਜਿਹਾ ਸਮਝਣ ਵਾਲਾ ਹੈ ਸੋ ਧਿਆਨ ਦੇਣਾ ਇਹਦੇ ਵਿੱਚ ਕੀ ਹੈ ਵੈਨ ਇਟ ਇਜ਼ ਦ ਫਰਸਟ ਲੈਟਰ ਆਫ ਅ ਸਿਲੇਬਲ ਐਂਡ ਕਮਸ ਬਿਫੋਰ ਵਾਊਲ ਜਦੋਂ ਕਿਸੇ ਸਿਲੇਬਲ ਦਾ ਪਹਿਲਾ ਅੱਖਰ ਹੁੰਦਾ ਹੈ ਤੇ ਵਾਊਲ ਤੋਂ ਪਹਿਲਾਂ ਆਉਂਦਾ ਹੁਣ ਵਾਊਲ ਬਾਰੇ ਤਾਂ ਤੁਹਾਨੂੰ ਪਤਾ ਹੈ ਏ ਈ ਆਈਓ ਯੂ ਦੀਆਂ ਜਿਹੜੀਆਂ ਆਵਾਜ਼ਾਂ ਆਉਂਦੀਆਂ ਤੇ ਕਦੇ ਕਤਾਈ ਵਾਈ ਦੀ ਜਿਹੜੀ ਆਵਾਜ਼ ਹੁੰਦੀ ਹੈ ਉਸ ਨੂੰ ਆਪਾਂ ਵਾਊਲ ਕਹਿ ਦਿੰਦੇ ਹਾਂ ਪਰ ਸਿਲੇਬਲ ਕੀ ਹੁੰਦਾ ਹੈ ਕੋਈ ਵੀ ਜਿਹੜਾ ਵਰਡ ਹੁੰਦਾ ਹੈ ਉਹਨੂੰ ਹਿੱਸਿਆਂ ਵਿੱਚ ਤੋੜਿਆ ਜਾ ਸਕਦਾ ਹੈ ਮਤਲਬ ਜਦੋਂ ਆਪਾਂ ਬੋਲਦੇ ਆਂ ਪਾਇ ਤਾਂ ਨਹੀਂ ਸਾਰਾ ਵਰਡ ਇਕੱਠਾ ਬੋਲ ਦਿੰਨੇ ਆਂ ਕੁਝ ਵਰਡਸ ਹੁੰਦੇ ਵੀ ਨੇ ਜਿਹੜੇ ਇੱਕੋ ਵਾਰੀ ਵਿੱਚ ਬੋਲੇ ਜਾਂਦੇ ਆ ਜਿਵੇਂ ਡੌਗ ਇੱਕੋ ਵਾਰੀ ਚ ਬੋਲਤਾ ਆਪਾਂ ਡੌਗ ਪਰ ਕੁਝ ਵਰਡਸ ਹੁੰਦੇ ਆ ਜਿਹੜੇ ਹਿੱਸਿਆਂ ਵਿੱਚ ਆਪਾਂ ਨੂੰ ਬੋਲਣਾ ਹੀ ਪੈਂਦਾ ਜਿਵੇਂ ਕ੍ਰੇਅਨ ਕ੍ਰੇ ਆਪਾਂ ਪਹਿਲਾਂ ਬੋਲਦੇ ਆਂ ਯਾਨ ਆਪਾਂ ਬਾਅਦ ਚ ਬੋਲਦੇ ਆਂ ਹੁਣ ਇਹ ਜਿਹੜੇ ਹਿੱਸੇ ਹੁੰਦੇ ਆ ਇਹਨਾਂ ਨੂੰ ਆਪਾਂ ਸਿਲੇਬਲਸ ਕਹਿੰਦੇ ਆਂ ਹੁਣ ਇਹ ਆਪਾਂ ਨੂੰ ਕਿਵੇਂ ਪਤਾ ਲੱਗੂਗਾ ਕਿ ਕਿਸੇ ਵਰਡ ਵਿੱਚ ਕਿੰਨੇ ਹਿੱਸੇ ਨੇ ਉਹਦੇ ਬਾਰੇ ਮੈਂ ਤੁਹਾਨੂੰ ਪੂਰੀ ਡਿਟੇਲ ਵਿੱਚ ਵੀਡੀਓ ਬਣਾ ਕੇ ਸਮਝਾ ਦੂੰਗਾ ਫਿਲਹਾਲ ਤੁਸੀਂ ਇੰਨਾ ਸਮਝੋ ਕਿ ਹਰ ਸਿਲੇਬਲ ਵਿੱਚ ਇੱਕ ਵੋਵਲ ਹੁੰਦਾ ਹੈ ਜਾਂ ਇੱਕ ਵਾਊਲ ਹੁੰਦਾ ਹੈ ਕਰੇਯਨ ਕਰੇ ਵਿੱਚ ਕੀ ਹੈ ਏ ਦੀ ਆਵਾਜ਼ ਆ ਰਹੀ ਹੈ ਉਹ ਵਾਊਲਾ ਤੇ ਯਨ ਵਿੱਚ ਆ ਦੀ ਆਵਾਜ਼ ਆ ਰਹੀ ਹੈ ਉਹ ਵਾਊਲੇ ਹਣ ਹੁਣ ਇੱਥੇ ਕੀ ਹੋਇਆ ਏ ਕਿ ਜਿਹੜਾ ਕਰੇਯਨ ਆ ਜਿਵੇਂ ਆਪਾਂ ਪਹਿਲਾਂ ਇਹਦਾ ਐਗਜ਼ਾਮਪਲ ਲੈ ਲਏ ਨੇ ਬਾਕੀ ਮੈਂ ਤੁਹਾਨੂੰ ਫੇਰ ਦੱਸ ਦਿੰਨਾ ਕ੍ਰਿਯੋਨ ਵਿੱਚ ਕੀ ਆ ਕਿ ਕ੍ਰੇ ਇੱਕ ਸਿਲੇਬਲ ਆ ਯੋਨ ਇੱਕ ਸਿਲੇਬਲ ਆ ਯੋਨ ਦੀ ਸਟਾਰਟਿੰਗ ਵਿੱਚ ਕਾਦੇ ਤੋਂ ਹੋ ਰਹੀ ਆ ਵਾਈ ਤੋਂ ਹੋ ਰਹੀ ਆ ਤਾਂ ਮਤਲਬ ਸਿਲੇਬਲ ਦਾ ਪਹਿਲਾ ਅੱਖਰ ਕੀ ਹੈ ਵਾਈ ਹੈ ਤੇ ਉਸ ਤੋਂ ਬਾਅਦ ਕਿਹੜੀ ਸਾਊਂਡ ਆ ਰਹੀ ਆ ਵਾਊਲ ਸਾਊਂਡ ਆ ਰਹੀ ਆ ਤਾਂ ਮਤਲਬ ਆਪਣਾ ਰੂਲ ਫੁੱਲਫਿਲ ਹੋ ਰਿਹਾ ਜਿਹੜਾ ਆਪਣਾ ਰੂਲ ਹੈਗਾ ਉਹ ਪੂਰਾ ਹੋ ਰਿਹਾ ਕਿ ਸਿਲੇਬਲ ਦਾ ਪਹਿਲਾ ਅੱਖਰ ਵਾਈ ਹੋਣਾ ਚਾਹੀਦਾ ਤੇ ਉਸ ਤੋਂ ਬਾਅਦ ਕੀ ਹੋਣੀ ਚਾਹੀਦੀ ਆ ਕੋਈ ਵਾਊਲ ਸਾਊਂਡ ਹੋਣੀ ਚਾਹੀਦੀ ਆ ਤਾਂ ਵਾਈ ਨੂੰ ਕੀ ਬੋਲਿਆ ਜਾਊਗਾ ਯਾ ਬੋਲਿਆ ਜਾਊਗਾ ਤਾਂ ਇੱਥੇ ਆਪਾਂ ਕ੍ਰੇਯਾਨ ਬੋਲਦੇ ਆਂ ਉਸ ਤੋਂ ਇਲਾਵਾ ਸਟੇ ਆ ਹੁਣ ਮੈਂ ਸਟੇ ਆ ਬੋਲਿਆ ਮੈਂ ਸਟੇਅਰ ਕਿਉਂ ਨਹੀਂ ਬੋਲਿਆ ਸਟੇਅਰ ਇਸ ਕਰਕੇ ਨਹੀਂ ਬੋਲਿਆ ਕਿਉਂਕਿ ਆਪਾਂ ਜਿਹੜੀ ਇੰਗਲਿਸ਼ ਬੋਲਦੇ ਆ ਉਹ ਇੰਡੀਅਨ ਜਾਂ ਬ੍ਰਿਟਿਸ਼ ਇੰਗਲਿਸ਼ ਹੁੰਦੀ ਆ ਤੇ ਬ੍ਰਿਟਿਸ਼ ਇੰਗਲਿਸ਼ ਜਿਹੜੀ ਹੁੰਦੀ ਆ ਉਹਦੇ ਐਂਡ ਵਿੱਚ ਜੇ ਰ ਅ ਦੀ ਆਵਾਜ਼ ਆ ਰਹੀ ਆ ਉਹਨੂੰ ਆਪਾਂ ਨਹੀਂ ਬੋਲਦੇ ਹੁੰਦੇ ਤਾਂ ਆਪਾਂ ਕੀ ਬੋਲਾਂਗੇ ਸਟੇ ਆ ਪਲੇ ਆ ਫਿਰ ਪ੍ਰੇ ਪ੍ਰੇਅਰ ਨਹੀਂ ਬੋਲਾਂਗੇ ਪ੍ਰੇਅਰ ਆਪਾਂ ਅਮਰੀਕਨ ਵਿੱਚ ਬੋਲ ਸਕਦੇ ਹਾਂ ਜੋ ਆਪਣੇ ਆਪ ਵਿੱਚ ਸਹੀ ਹੈ ਤੁਸੀਂ ਉਦਾਂ ਵੀ ਬੋਲ ਸਕਦੇ ਹੋ ਬਟ ਮੇਰਾ ਕੰਮ ਤੁਹਾਨੂੰ ਬ੍ਰਿਟਿਸ਼ ਸਿਖਾਉਣਾ ਹੈ ਕਿਉਂਕਿ ਇੰਡੀਆ ਵਿੱਚ ਉਹ ਬੋਲੀ ਜਾਂਦੀ ਹੈ ਤਾਂ ਪ੍ਰੇਅ ਉਸ ਤੋਂ ਬਾਅਦ ਕ੍ਰੇਅਨ ਤਾਂ ਇਹ ਸਾਰਿਆਂ ਵਿੱਚ ਕੀ ਹੋ ਰਿਹਾ ਹੈ ਕਿ ਸਿਲੇਬਲ ਦਾ ਪਹਿਲਾ ਜਿਹੜਾ ਅੱਖਰ ਹੈ ਉਹ ਵਾਇ ਹੈ ਤੇ ਉਸ ਤੋਂ ਬਾਅਦ ਕੋਈ ਵਾਊਲ ਦੀ ਸਾਊਂਡ ਆ ਰਹੀ ਹੈ ਤਾਂ ਆਪਾਂ ਇਹਨਾਂ ਨੂੰ ਆਏ ਬੋਲ ਰਹੇ ਹਾਂ ਹੁਣ ਅਗਲੀ ਜਿਹੜੀ ਸਾਊਂਡ ਕੀ ਹੈ ਆਪਣੀ ਉਹ ਆਈ ਦੀ ਸਾਊਂਡ ਹੈ ਹੁਣ ਆਈ ਦੀ ਸਾਊਂਡ ਕਦੋਂ ਆਉਂਦੀ ਹੈ ਮੈਂ ਉਹ ਤੁਹਾਨੂੰ ਦੱਸਦਾ ਇਨੇ 1 ਸਿਲੇਬਲ ਵਰਡ ਐਂਡਿੰਗ ਵਿਦ Y ਜੇ ਕੋਈ ਇਕੋ ਸਿਲੇਬਲ ਵਾਲਾ ਵਰਡ ਆ ਜਿਹੜਾ ਇਕੋ ਵਾਰੀ ਵਿੱਚ ਬੋਲਿਆ ਜਾਂਦਾ ਹੈ ਜਿਵੇਂ ਮੈਂ ਡੌਗ ਦੱਸਿਆ ਸੀ ਇਕੋ ਵਾਰੀ 'ਚ ਬੋਲਿਆ ਜਾਂਦਾ ਹੈ ਨਾ ਜੇ ਕੋਈ ਅਜੇਹਾ ਵਰਡ ਹੁੰਦਾ ਹੈ ਜਿਹੜਾ ਇਕੋ ਵਾਰੀ ਵਿੱਚ ਬੋਲਿਆ ਜਾਂਦਾ ਹੈ ਤੇ ਐਂਡ ਉੱਤੇ ਉਹਦੇ Y ਲਿਖੀ ਹੁੰਦੀ ਹੈ ਤਾਂ ਆਪਾਂ I ਦੀ ਆਵਾਜ਼ ਕੱਢਾਂਗੇ ਕਿਵੇਂ ਜਿਵੇਂ ਟ੍ਰਾਈ ਫਲਾਈ ਫਰਾਈ ਸ਼ਾਈ ਹੁਣ ਇਹਨਾਂ ਸਾਰਿਆਂ ਵਿੱਚ ਕੀ ਆ ਇੱਕੋ ਸਿਲੇਬਲ ਆ ਇੱਕੋ ਵਾਰੀ ਵਿੱਚ ਸਾਰੇ ਇਹ ਵਰਡ ਬੋਲੇ ਜਾ ਰਹੇ ਆ ਤੇ ਐਂਡ ਉੱਤੇ ਵਾਈ ਲਿਖੀ ਆ ਤਾਂ ਆਪਾਂ ਆਈ ਦੀ ਆਵਾਜ਼ ਕੱਢਾਂਗੇ ਉਸ ਤੋਂ ਬਾਅਦ ਆਪਣੀ ਸਾਊਂਡ ਕੀ ਆ ਈਡੀ ਨੂੰ ਸਿਹਾਰੀ ਛੋਟੀ ਈ ਦੀ ਮਾਤਰਾ ਆਪਾਂ ਕਹਿ ਦੁੰਦੇ ਆ ਹਿੰਦੀ ਵਿੱਚ ਵੈਨ ਵਾਈ ਇਜ਼ ਇਨ ਦਾ ਫਰਸਟ ਸਿਲੇਬਲ ਆਫ ਅ ਵਰਡ ਹੁਣ ਕਿ ਕਿਸੇ ਵਰਡ ਵਿੱਚ ਇੱਕ ਤੋਂ ਜ਼ਿਆਦਾ ਸਿਲੇਬਲ ਵੀ ਹੋ ਸਕਦੇ ਨੇ ਕਿਸੇ ਵਰਡ ਦੇ ਇੱਕ ਤੋਂ ਜ਼ਿਆਦਾ ਹਿੱਸੇ ਵੀ ਹੋ ਸਕਦੇ ਨੇ ਤੇ ਜੇ ਵਾਈ ਪਹਿਲੇ ਹਿੱਸੇ ਵਿੱਚ ਲਿਖਿਆ ਹੋ ਗਿਆ ਹੋਵੇ ਤਾਂ ਆਪਾਂ ਛੋਟੀ ਈ ਦੀ ਮਾਤਰਾ ਕੱਢਾਂਗੇ ਇਹ ਇੰਦਾ ਬੋਲਾਂਗੇ ਜਿਵੇਂ ਸਿੰਥੈਟਿਕ ਹੁਣ ਇਸਦਾ ਪਹਿਲਾ ਸਿਲੇਬਲ ਕੀ ਆ ਸਿਨ ਸਿਨ ਹੁਣ ਸਿਨ ਜਦੋਂ ਬੋਲਦੇ ਆ ਛੋਟੀ ਈ ਦੀ ਆਵਾਜ਼ ਆਉਂਦੀ ਆ ਵਾਈ ਲਿਖਿਆ ਹੋਇਆ ਏ ਤਾਂ ਆਪਾਂ ਬੋਲਾਂਗੇ ਸਿੰਥੈਟਿਕ ਉਸ ਤੋਂ ਬਾਅਦ ਜਿਮਨੇਸ਼ੀਅਮ ਆਪਾਂ ਜਿਮ ਕਹਿੰਦੇ ਅਸੀਂ ਜਿਮ ਚੱਲਦੇ ਆ ਜਿਮ ਦਾ ਪੂਰਾ ਨਾਮ ਕੀ ਆ ਜਿਮਨੇਸ਼ੀਅਮ ਹੈ ਤਾਂ ਜੀ ਵਾਈ ਐਮ ਪਹਿਲਾ ਜਿਹੜਾ ਸਿਲੇਬਲ ਹੈਗਾ ਉਹਦੇ ਵਿੱਚ ਵਾਈ ਆ ਰਹੀ ਆ ਨਾ ਛੋਟੀ ਈ ਦੀ ਮਾਤਰਾ ਲੱਗੂਗੀ ਈ ਦੀ ਉਹ ਸਿਆਰੀ ਲੱਗੂਗੀ ਜਿਮ ਜਿਮਨੇਸ਼ੀਅਮ ਆਪਾਂ ਬੋਲਾਂਗੇ ਜਿਮਨੇਸ਼ੀਅਮ ਉਸ ਤੋਂ ਬਾਅਦ ਸਿੰਪਟਮ ਸਿਮ ਪਹਿਲਾ ਸਿਲੇਬਲ ਵਿੱਚ Y ਆ ਰਹੀ ਆ ਛੋਟੀ ਈ ਦੀ ਮਾਤਰਾ ਸਿੰਪਟਮ ਉਸ ਤੋਂ ਬਾਅਦ ਸਿਨਰਜੀ ਸਿਨਰਜੀ ਫੇਰ S Y N ਪਹਿਲੇ ਸਿਲੇਬਲ ਵਿੱਚ Y ਆ ਰਹੀ ਆ ਤਾਂ ਆਪਾਂ ਛੋਟੀ ਈ ਦੀ ਮਾਤਰਾ ਬੋਲਦੇ ਆ ਤਾਂ ਮੈਨੂੰ ਮੀਰਾ ਇੱਥੋਂ ਤੱਕ ਸਮਝ ਆ ਗਿਆ ਹੋਊਗਾ ਉਸ ਤੋਂ ਬਾਅਦ ਦੋ ਸਾਊਂਡਸ ਰਹੇਗਾ ਨੇ ਉਹਨਾਂ ਬਾਰੇ ਵੀ ਮੈਂ ਤੁਹਾਨੂੰ ਦੱਸ ਦਿੰਨਾ ਈ ੜੀ ਨੂੰ ਬਿਹਾਰੀ ਵੱਡੀ ਈ ਦੀ ਮਾਤਰਾ ਕਦੋਂ ਆਪਾਂ ਇਸ ਨੂੰ ਈ ਬੋਲਣਾ ਹੁੰਦਾ ਹੈ ਹੁਣ ਆਪਾਂ ਈ ਬੋਲਿਆ ਹੁਣ ਆਪਾਂ ਈ ਬੋਲਣਾ ਹੈ ਜਦੋਂ ਵੈਨ ਵਾਈ ਇਸ ਰਿਟਨ ਐਟ ਦਾ ਐਂਡ ਆਫ ਅ ਟੂ ਸਿਲੇਬਲ ਵਰਡ ਜਦੋਂ ਦੋ ਸਿਲੇਬਲ ਵਾਲਾ ਕੋਈ ਵਰਡ ਹੁੰਦਾ ਹੈ ਤੇ ਉਹਦੇ ਐਂਡ ਉੱਤੇ ਵਾਈ ਲਿਖੀ ਹੋਵੇ ਤਾਂ ਉਦੋਂ ਆਪਾਂ ਇਸ ਨੂੰ ਈ ਬੋਲਾਂਗੇ ਕਿਵੇਂ ਜਿਵੇਂ ਸਨੀ ਵਰਡ ਸ ਨੀ ਸ ਨੀ ਦੋ ਹਿੱਸੇ ਨੇ ਇਹਦੇ ਤਾਂ ਇਹਦੇ ਵਿੱਚ ਕੀ ਆ ਹੁਣ ਦੋ ਸਿਲੇਬਲ ਨੇ ਤੇ ਐਂਡ ਉੱਤੇ ਵਾਈ ਲਿਖੀ ਹੋਈ ਆ ਤਾਂ ਆਪਾਂ ਈ ਦੀ ਆਵਾਜ਼ ਕਰਦੇ ਆ ਆਪਾਂ ਸਨੀ ਬੋਲਦੇ ਆ ਆਪਾਂ ਸਨੀ ਇਦਾਂ ਨਹੀਂ ਬੋਲਦੇ ਉਸ ਤੋਂ ਬਾਅਦ ਮਨੀ ਮੈਰੀ ਵੈਰੀ ਇਹ ਜਿਹੜੇ ਸਾਰੇ ਵਰਡਸ ਨੇ ਦੋ ਸਿਲੇਬਲ ਵਾਲੇ ਵਰਡ ਨੇ ਤੇ ਐਂਡ ਉੱਤੇ ਵਾਈ ਲਿਖਿਆ ਏ ਤਾਂ ਆਪਾਂ ਈ ਦੀ ਆਵਾਜ਼ ਕਰਦੇ ਆ ਉਸ ਤੋਂ ਬਾਅਦ ਏ ਅ ਏ ਏ ਆਵਾਜ਼ ਆਉਂਦੀ ਹੈ ਇਹ ਕਦੋਂ ਆਉਂਦੀ ਹੈ ਮੈਂ ਤੁਹਾਨੂੰ ਉਹ ਵੀ ਦੱਸ ਦਿੰਦਾ ਵੈਨ ਵਾਈ ਇਸ ਰਿਟਨ ਬਿਫੋਰ ਏ ਇਨ ਅ ਸਿੰਗਲ ਸਿਲੇਬਲ ਵਰਡ ਕੋਈ ਵਰਡ ਹੈ ਜਿਸ ਦੀ ਜੋ ਸਿਰਫ ਇੱਕੋ ਵਾਰੀ ਵਿੱਚ ਬੋਲਾ ਜਾਂਦਾ ਹੈ ਮਤਲਬ ਇੱਕੋ ਵਾਰੀ ਵਿੱਚ ਆਪਾਂ ਪੂਰਾ ਕਰ ਰਹੇ ਹਾਂ ਤੇ ਉਹਦੇ ਵਿੱਚ ਕੀ ਹੋ ਰਿਹਾ ਹੈ ਕਿ ਏ ਤੋਂ ਬਾਅਦ ਵਾਈ ਲਿਖੀ ਹੋਈ ਹੈ ਤਾਂ ਆਪਾਂ ਏ ਏ ਆਵਾਜ਼ ਕੱਢਾਂਗੇ ਕਿਵੇਂ ਮੇ ਹੁਣ ਆਪਾਂ ਇਹਨੂੰ ਮੇ ਕਹਿ ਦਿੰਦੇ ਹਾਂ ਪਰ ਇਹ ਮੇ ਨਹੀਂ ਹੁੰਦਾ ਮੇ ਇਦਾਂ ਹੁੰਦਾ ਆਪਾਂ ਸੱਦਾ ਮੇ ਨਹੀਂ ਕਹਿਣਾ ਮੇ ਏ ਡਬਲ ਮੇ ਤਾਂ ਇਹ ਕਦੋਂ ਹੁੰਦਾ ਹੈ ਜਦੋਂ ਵਾਈ ਐਂਡ ਉੱਤੇ ਲਿਖੀ ਹੋਵੇ ਮੂਰੇ ਏ ਲਿਖੀ ਹੋਵੇ ਜਿਵੇਂ ਸੇ ਡੇ ਬੇ ਇਹਨਾਂ ਸਾਰਿਆਂ ਵਿੱਚ ਆਪਾਂ ਇਦਾਂ ਬੋਲਾਂਗੇ ਤਾਂ ਮੈਨੂੰ ਉਮੀਦ ਆ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਊਗੀ ਤੁਹਾਨੂੰ ਕੋਈ ਨਵਾਂ ਸਿੱਖਣ ਨੂੰ ਮਿਲਿਆ ਹੋਊਗਾ ਜੇ ਤੁਹਾਡੀ ਕੋਈ ਡਾਊਟ ਹੈਗੀ ਆ ਥੱਲੇ ਕਮੈਂਟਸ ਵਿੱਚ ਲਿਖ ਦਿਓ ਮੈਂ ਕੋਸ਼ਿਸ਼ ਕਰੂੰਗਾ ਕਿ ਤੁਹਾਡੇ ਕਮੈਂਟਸ ਤੇ ਰਿਪਲਾਈ ਕਰਕੇ ਉਹਨਾਂ ਨੂੰ ਕਲੀਅਰ ਕਰ ਸਕਾਂ ਵੀਡੀਓ ਬਣਾਉਣ ਦੀ ਲੋੜ ਪਈ ਤਾਂ ਉਹ ਵੀ ਬਣਾਵਾਂਗੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਲਾਈਕ ਕਰ ਦਿਓ ਤੇ ਸ਼ੇਅਰ ਕਰ ਦਿਓ ਧੰਨਵਾਦ